ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਕੁਵਰਜੋਤ ਸਿੰਘ। ਅਗਰ ਮਾਰਚ ਦੇ ਮਹੀਨੇ 'ਚ ਤੁਸੀਂ ਕੋਈ ਵੀ ਬੈਂਕਾਂ 'ਚ ਕੋਈ ਵੀ ਕੰਮ ਕਰਾਉਣਾ ਚਾਹੁੰਦੇ ਹੋ, ਪੈਸੇ ਜਮ੍ਹਾਂ ਕਰਾਉਣਾ ਚਾਹੁੰਦੇ ਹੋ, ਕਢਵਾਉਣਾ ਚਾਹੁੰਦੇ ਹੋ, ਲੋਨ ਲੈਣਾ ਚਾਹੁੰਦੇ ਹੋ, ਤਾਂ ਇਹ ਖਬਰ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ, ਕਿਉਂਕਿ ਮਾਰਚ ਦੇ ਮਹੀਨੇ 'ਚ 10 ਦਿਨ ਜੋ ਹੈ ਬੈਂਕ ਬੰਦ ਰਹਿਣਗੇ। ਕਿਹੜੇ ਉਹ 10 ਦਿਨ ਹੋਣਗੇ ਤੁਹਾਨੂੰ ਹੁਣ ਉਹ ਵੀ ਵਿਸਥਾਰ ਨਾਲ ਦੱਸ ਦਿੰਦੇ ਹਾਂ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਵੀ 11 ਤਰੀਕ ਨੂੰ ਜੋ ਮਹਾ ਸ਼ਿਵਰਾਤਰੀ ਆ ਰਹੀ ਹੈ, ਜਿਸ ਕਰਕੇ ਬੈਂਕਾਂ ਦੀ ਜੋ ਹੈ ਛੁੱਟੀ ਰਹੇਗੀ। 29 ਤਰੀਕ ਨੂੰ ਹੋਲੀ ਆ ਰਹੀ ਹੈ ਅਤੇ ਉਸ ਕਰਕੇ ਦੋ ਤਿਉਹਾਰ ਜੋ ਨੇ ਮਾਰਚ 'ਚ ਆ ਰਹੇ, ਉਸ ਕਰਕੇ ਦੋ ਦਿਨ ਜੋ ਨੇ ਬੈਂਕ ਬੰਦ ਰਹਿਣਗੇ। ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਵੀ ਮਾਰਚ ਦੇ ਮਹੀਨੇ 'ਚ ਐਤਕੀ 4 ਐਤਵਾਰ ਵੀ ਆਉਣਗੇ, ਉਸ ਕਰਕੇ ਵੀ ਜੋ ਹੈ ਬੈਂਕ ਜੋ ਬੰਦ ਰਹਿਣਗੇ। ਅਤੇ ਇੱਕ ਹੋਰ ਗੱਲ ਦੱਸ ਦਈਏ, ਐਤਕੀ ਜੋ ਹੈ ਸੈਕਿੰਡ ਸੈਟਰਡੇ ਅਤੇ ਫੋਰਥ ਸੈਟਰਡੇ ਨੂੰ ਵੀ ਜੋ ਬੈਂਕ ਬੰਦ ਰਹਿਣਗੇ, ਜਿਨ੍ਹਾਂ ਦੀ ਤਰੀਕ 13 ਅਤੇ 27 ਹੈ। ਅਤੇ ਬੈਂਕਾਂ ਦੇ ਕਰਮਚਾਰੀਆਂ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਵੀ ਉਹ ਰਾਸ਼ਟਰ ਪੱਧਰੀ ਹੜਤਾਲ ਕਰਨਗੇ। ਇਹ ਹੜਤਾਲ ਦਾ ਕਾਰਨ ਹੈ ਬੈਂਕਾਂ ਦਾ ਨਿੱਜੀਕਰਨ ਹੋਣਾ। ਉਹਨਾਂ ਦਾ ਕਹਿਣਾ ਹੈ ਵੀ ਬੈਂਕ ਜਿਹੜੇ ਨੇ ਲਗਾਤਾਰ ਨਿੱਜੀ ਹੋ ਰਹੇ ਆ, ਉਸ ਖਿਲਾਫ ਉਹ ਹੜਤਾਲ ਕਰਨਗੇ। ਸੋ ਇਹ ਵੀ ਤੁਹਾਨੂੰ ਗੱਲ ਦੱਸ ਦਈਏ, ਅਗਰ ਇਹ ਹੜਤਾਲ 15 ਅਤੇ 16 ਲਈ ਹੋ ਜਾਂਦੀ ਹੈ ਤਾਂ 4 ਦਿਨ ਲਗਾਤਾਰ ਜੋ ਨੇ ਬੈਂਕ ਬੰਦ ਰਹਿਣਗੇ, ਕਿਉਂਕਿ 13 ਤਰੀਕ ਨੂੰ ਜੋ ਸ਼ਨੀਵਾਰ ਹੈ ਜੋ ਸੈਕਿੰਡ ਸੈਟਰਡੇ ਹੈ ਅਤੇ 14 ਨੂੰ ਐਤਵਾਰ। ਸੋ ਇਹ ਕਹਿ ਸਕਦੇ ਹਾਂ ਵੀ 13 ਤੋਂ ਲੈ ਕੇ 16 ਤਰੀਕ ਤੱਕ ਜੋ ਨੇ ਬੈਂਕ ਬੰਦ ਰਹਿਣਗੇ। ਅਤੇ ਤੁਹਾਨੂੰ ਇਹ ਵੀ ਗੱਲ ਦੱਸ ਦਈਏ ਵੀ ਐਤਕੀ ਜੋ ਬਜਟ ਸੈਸ਼ਨ 1 ਫਰਵਰੀ ਨੂੰ ਪੇਸ਼ ਕੀਤਾ ਗਿਆ ਸੀ ਭਾਰਤ ਸਰਕਾਰ ਵੱਲੋਂ, ਉਹਦੇ 'ਚ ਕਿਹਾ ਗਿਆ ਸੀ ਵੀ ਦੋ ਬੈਂਕ ਜੋ ਨੇ ਸਰਕਾਰੀ ਬੈਂਕ ਉਹਨਾਂ ਦਾ ਨਿੱਜੀਕਰਨ ਹੋਏਗਾ, ਮਤਲਬ ਉਹ ਪ੍ਰਾਈਵੇਟ ਬੈਂਕ ਵਿੱਚ ਕਨਵਰਟ ਹੋ ਜਾ ਸਕਦੇ ਨੇ। ਅਤੇ ਇਹ ਵੀ ਤੁਹਾਨੂੰ ਗੱਲ ਦੱਸ ਦਈਏ, ਜ਼ਰੂਰ ਉਹਨਾਂ ਦਾ ਹਜੇ ਤੱਕ ਕੋਈ ਨਾਮ ਜੋ ਹੈ ਨਸ਼ਰ ਨਹੀਂ ਕੀਤਾ ਗਿਆ, ਪਰ ਕਹਿ ਕਿਹਾ ਜਾ ਰਿਹਾ ਵੀ ਦੋ ਜਿਹੜੇ ਵੱਡੇ ਬੈਂਕ ਜੋ ਨੇ ਸਰਕਾਰੀ ਬੈਂਕ ਉਹਨਾਂ ਦਾ ਨਿੱਜੀਕਰਨ ਹੋ ਜਾਏਗਾ। ਅਤੇ ਹੁਣ ਤੁਹਾਨੂੰ ਇਹ ਵੀ ਗੱਲ ਦੱਸ ਦਈਏ ਵੀ ਇਸ ਕਰਕੇ ਜੋ ਹੈ ਇਸ ਦੇ ਖਿਲਾਫ ਹੜਤਾਲ ਹੋਏਗੀ, ਅਤੇ ਹੜਤਾਲ ਦੇ ਕਰਕੇ ਲਗਾਤਾਰ ਜੋ ਨੇ 4 ਦਿਨ ਜੋ ਬੈਂਕ ਬੰਦ ਰਹਿਣਗੇ। ਇੱਕ ਵਾਰੀ ਤੁਹਾਨੂੰ ਫਿਰ ਦੱਸ ਦਈਏ ਵੀ ਬੈਂਕ ਜੋ ਨੇ ਮਾਰਚ ਦੇ ਮਹੀਨੇ ਵਿੱਚ 10 ਦਿਨ ਜੋ ਨੇ ਬੰਦ ਰਹਿਣਗੇ। ਸੋ ਜਿੰਨੇ ਵੀ ਤੁਸੀਂ ਮਾਰਚ ਦੇ ਮਹੀਨੇ 'ਚ ਕੰਮ ਕਰਾਉਣਾ ਚਾਹੁੰਦੇ ਹੋ, ਇਹ ਤਰੀਕਾ ਤੋਂ ਪਹਿਲਾਂ ਪਹਿਲਾਂ ਜਾਂ ਇਹ ਤਰੀਕਾ ਦੇ ਬਾਅਦ ਵੀ ਕਰਾ ਲਓ, ਕਿਉਂਕਿ ਤੁਹਾਨੂੰ ਪਤਾ ਲੱਗ ਸਕੇ ਕਿ ਬੈਂਕਾਂ ਦੇ ਕੰਮ ਤੁਹਾਡੇ ਜਲਦੀ ਤੋਂ ਜਲਦੀ ਹੋ ਸਕਣ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਰਹੋ ਲੁਧਿਆਣਾ ਟਾਈਮਸ ਦੇ ਨਾਲ। ਕੁਵਰਜੋਤ ਸਿੰਘ ਦੀ ਰਿਪੋਰਟ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ, ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲੋ।